ਤੇ ਆਪਾਂ ਕੀਤਾ ਹੋਇਆ ਹੋਲੀਡੇ ਪਲਾਨ, ਸੋ ਉਹਦੇ ਲਈ ਨਜ਼ਾਰੇ ਬਾਬਾ ਜੀ ਦੇਖੋ, ਅਸੀਂ ਤਾਂ ਨੰਦ ਲੈਣ ਆਏ ਬਾਬਾ ਜੀ। ਕੱਲੀ ਟਰਾਲੀ ਲੈ ਕੇ ਆਏ ਟਰੈਕਟਰ? ਹੈਲੋ ਐਵਰੀਵਨ, ਵੈਲਕਮ ਬੈਕ ਟੂ ਮਾਈ ਨਿਊ ਵਲੌਗ। ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਵੀ। ਅਤੇ ਅੱਜ ਆਪਾਂ ਜਾ ਰਹੇ ਹਾਂ ਜੀ ਸ਼ੋਪਿੰਗ ਕਰਨ ਦੇ ਲਈ, ਅਤੇ ਆਪਾਂ ਕੀਤਾ ਹੋਇਆ ਹੋਲੀਡੇ ਪਲੈਨ, ਸੋ ਉਹਦੇ ਲਈ ਥੋੜ੍ਹੀ ਸ਼ੋਪਿੰਗ ਕਰਨੀ ਹੈ। ਤੋ ਅੱਜ ਚੱਲੇ ਹਾਂ ਟਾਊਨ, ਥੋੜ੍ਹਾ ਟੈਸਕੋ ਜਾਣਾ ਹੈ, ਫਿਰ ਅੱਜ ਤੁਹਾਨੂੰ ਮਿਲਦੇ ਹਾਂ ਜੀ ਸ਼ੋਪਿੰਗ ਦੇ ਨਾਲ। ਸੋ ਆਪਾਂ ਟ੍ਰਿਪ ਪਲੈਨ ਕੀਤਾ ਆ, ਅਤੇ ਕਿੱਥੇ ਦਾ ਕੀਤਾ ਆ, ਕਿੱਥੇ ਜਾਣਾ ਆ, ਉਹ ਤੁਹਾਨੂੰ ਅੱਗੇ ਪਤਾ ਲੱਗਣਾ ਆ। ਬਟ ਹੁਣ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ, ਪਹਿਲਾਂ ਸ਼ੋਪਿੰਗ ਕਰਨੀ ਆ ਆਪਾਂ ਟ੍ਰਿਪ ਲਈ, ਬਿਕੋਜ਼ ਸਮਰਸ ਆ ਗਈ ਆ, ਅਤੇ ਸਮਰਸ 'ਚ ਆਪਣੇ ਬਹੁਤ ਜ਼ਿਆਦਾ ਟ੍ਰਿਪ ਲੱਗਣੇ ਆ। ਸੋ ਇਸ ਕਰਕੇ ਆਪਾਂ ਸਾਡੇ ਦੋਨਾਂ ਦੀ ਅਤੇ ਆਪਣੇ ਆਗਮ ਦੀ, ਕਿੱਥੇ ਗਿਆ ਆਗਮ, ਉਹ ਬੈਠਾ ਆਗਮ ਦੀ ਸ਼ੋਪਿੰਗ ਕਰਨੀ ਆ। ਕੱਪੜੇ ਵਗੈਰਾ, ਸ਼ੂਜ਼ ਵਗੈਰਾ ਦੇਖਦੇ ਆ, ਜੋ ਮਿਲਦਾ ਆ ਉੱਥੋਂ ਆਪਾਂ ਲੈਂਦੇ ਹਾਂ। ਅਤੇ ਸੋ ਆਪਾਂ ਪਹੁੰਚ ਗਏ ਟਾਊਨ, ਗੱਡੀ ਆਪਾਂ ਪਾਰਕ ਕਰਤੀ ਆ। ਮੌਸਮ ਵੇਖੋ ਕਿੰਨਾ ਸੋਹਣਾ ਹੋਇਆ, ਵਟ ਆ ਵਾਈਬ। ਔਰ ਇੱਕ ਦਿਨ ਇਹਨਾਂ ਇੱਕ ਵਰਡ ਯੂਜ਼ ਕੀਆ, ਵਾਤਾਵਰਨ, ਐਂਡ ਆਈ ਵਾਜ਼ ਲਾਈਕ ਆਈ ਲਵ ਦੈਟ ਵਰਡ, ਵਟ ਇਜ਼ ਦੈਟ ਮੀਨ, ਐਂਡ ਵਾਈਬ। ਸੋ ਆਈ ਲਵ ਦਾ ਵਾਤਾਵਰਨ ਆਫ ਦਿਸ ਟਾਊਨ ਵਾਈਬ। ਸੋ ਆਪਾਂ ਪਹੁੰਚ ਗਏ ਹਾਂ ਹਾਈ ਕ੍ਰੋਸ 'ਚ, ਅਤੇ ਇੱਥੇ ਕਾਫੀ ਅੱਛਾ। ਪਹਿਲਾਂ ਆਪਾਂ ਨੈਕਸਟ 'ਚ ਹੀ ਦੇਖਦੇ ਹਾਂ। ਮੈਨੂੰ ਨਾ ਅਗਮ ਲਈ ਆਹ ਵਾਲਾ ਪਜਾਮਾ ਵਧੀਆ ਲੱਗ ਰਿਹਾ, ਸਮਰਸ ਦੇ ਅਕੋਰਡਿੰਗ ਸਹੀ ਹੈ। ਇਹ ਵੀ ਇਸ 'ਚ ਬਲੈਕ ਵੀ ਹੈਗਾ ਆ, ਮੇ ਬੀ ਬਲੈਕ ਨਹੀਂ ਉਹ ਸੋਹਣਾ ਬਰਾਊਨ। ਅਗਮ ਤੈਨੂੰ ਕਿਹੜਾ ਪਸੰਦ ਆ ਬੁੱਧੂ, ਹੱਥ ਲਾ ਜਿਹੜਾ ਤੈਨੂੰ ਪਸੰਦ ਆ। ਕਿਹੜਾ ਪਸੰਦ ਲਾਈਕ, ਇਹ ਤਾਂ ਸ਼ਰਮਾਂਦਾ ਹੀ ਬੜਾ। ਅਗਮ ਕਿਹੜਾ ਪਸੰਦ ਆ ਤੈਨੂੰ, ਆਹ ਵਾਲਾ ਪਸੰਦ ਹੈ ਬਲੈਕ? ਵਾਹ ਗੁੱਡ ਚੋਇਸ ਅਗਮ, ਬਲੈਕ ਦੇ ਨਾਲ ਇਹ ਟੌਪ ਸਹੀ ਰਹੂਗਾ। ਪੁੱਛ ਲੈ ਇਹ ਵੀ ਅਗਮ ਨੂੰ ਪੁੱਛ ਲੈ ਕੀ ਚਾਹੀਦਾ ਅਗਮ, ਕੰਬੀਨੇਸ਼ਨ ਸੋਹਣਾ ਆ। ਅਗਮ ਕਿਹੜਾ ਚਾਹੀਦਾ, ਪਿੱਛੇ ਬਲੈਕ ਵੀ ਆ, ਆ ਚਾਹੀਦਾ ਪੁੱਤਰ, ਬਟ ਇਹਦੇ ਨਾਲ ਬਲੈਕ ਦੇ ਨਾਲ ਇਹ ਬਰਾਊਨ ਜਾਣਾ ਆ। ਪਸੰਦ ਹੈ ਨਹੀਂ ਪਸੰਦ ਨਾ ਤੈਨੂੰ, ਪਰ ਮੈਨੂੰ ਪਸੰਦ ਹੈ, ਸੋ ਮੈਂ ਆਹ ਵਾਲਾ ਸੈੱਟ ਲੈਣ ਲੱਗੀ ਹਾਂ। ਠੀਕ ਹੈ, ਵਧੀਆ ਆ, ਮੈਨੂੰ ਪਸੰਦ ਹੈ। ਇੱਕ ਆ ਦੱਸੋ ਮੈਨੂੰ ਆ ਕਿਦਾਂ ਦਾ, ਨਾਲੇ ਪੌਕਟ ਵੀ ਹੈਗੀ ਆ, ਆ ਦੇ ਆ ਵੀ ਸੋਹਣਾ, ਆ ਵੀ ਸੋਹਣਾ ਹੈ, ਤੇ ਪ੍ਰਾਈਸ ਵੀ ਠੀਕ ਆ। ਇਹਦਾ ਹੈਗਾ 1150 ਪਾਉਂਡ, ਐਂਡ ਇਹਦਾ ਹੈਗਾ ਆ 9
ਪਤਾ ਨਹੀਂ, ਇਹਨੂੰ ਹੀ ਪੁੱਛਣਾ ਪੈਣਾ ਵੀ। ਚਲੋ ਕਿਹੜੀ ਟੀ ਸ਼ਰਟ ਪਸੰਦ ਹੈ ਬੁੱਤੂ ਤੈਨੂੰ, ਕਿਹੜੀ ਲੈਣੀ ਹੈ ਹੱਥ ਲਾ ਦੇ ਬਸ, ਜਿਹੜੀ ਤੈਨੂੰ ਪਸੰਦ ਆ ਤੂੰ ਦੱਸ ਮੈਨੂੰ। ਆਹ ਵਾਲੀ ਬਲੈਕ ਵਾਲੀ, ਤੈਨੂੰ ਬਲੈਕ ਬੜਾ ਪਸੰਦ ਹੈ, ਮੁੰਡਿਆਂ ਦਾ ਫੇਵਰਟ ਕਲਰ ਹੁੰਦਾ ਬਲੈਕ ਹਨਾ, ਪੁੱਤਰਾ ਪਸੰਦ ਹੈ। ਚੱਲ ਠੀਕ ਠੀਕ ਹੈ ਫਿਰ ਆਹ ਓਕੇ। ਹਾਂਜੀ ਅਤੇ ਅਸੀਂ ਅਗਮ ਦੇ ਬਾਏ ਕਰ ਲਏ ਹੈਗੇ ਆ ਨੈਕਸਟ ਤੋਂ, ਅਤੇ ਹੁਣ ਅਸੀਂ ਚੱਲਦੇ ਹਾਂ ਕੁਛ ਮੇਰੇ ਲਈ ਦੇਖਣ, ਆਪਾਂ ਚੱਲਦੇ ਹਾਂ ਦੂਸਰੇ ਸਟੋਰ 'ਤੇ। ਸੋ ਆਪਾਂ ਦੋ ਤਿੰਨ ਸ਼ੋਪਾਂ ਦੇ ਘੁੰਮ ਆਏ ਹਾਂ ਅਤੇ ਹਜੇ ਤੱਕ ਜੈਲੀ ਨੂੰ ਕੁਛ ਪਸੰਦ ਨਹੀਂ ਆਇਆ, ਅਤੇ ਅਗਮ ਜਿੱਦ ਕਰਨ ਲੱਗੇ ਕਹਿੰਦਾ ਮੈਨੂੰ ਗੋਦੀ 'ਤੇ ਬਿਠਾਓ। ਅਤੇ ਹੁਣ ਆਪਾਂ ਦੂਜੀ ਸ਼ੋਪ 'ਤੇ ਚੱਲੇ ਹਾਂ, ਦੇਖਦੇ ਹਾਂ ਜੇ ਉੱਥੋਂ ਕੁਛ ਇਹਨੂੰ ਵਧੀਆ ਲੱਗਦਾ ਆ। ਮੈਂ ਦੇਖਣ ਆਈ ਹਾਂ ਆਪਣਾ ਮੇਕਅਪ ਦਾ ਸਮਾਨ ਸੁਪਰ ਡਰੱਗ 'ਚ, ਅਤੇ ਦੇਖਦੀ ਹਾਂ ਇੱਥੇ ਮਹਿੰਗਾ ਹੀ ਬੜਾ ਆ, ਪਰ ਚੱਲ ਫਿਰ ਵੀ ਦੇਖਦੇ ਹਾਂ ਜੇ ਮਿਲ ਜੇ ਆਪਣੇ ਆਪ ਦੀ। ਕਲਰ ਦੇਖ ਲਿਆ ਡਿਫਰੈਂਟ ਹੈ, ਓਕੇ ਲੈ ਲੈ ਤੇ ਸਹੀ ਰਹਿਣੀ ਆ ਬੀਚ ਲਈ। ਓਕੇ ਠੀਕ ਹੈ।
ਦੂਜੀ ਚੀਜ਼ ਮੈਂ ਤੁਹਾਨੂੰ ਦਿਖਾਵਾਂ, ਆਹ ਹੈਗੀ ਆ ਬੋਡੀ ਜੈਲ, ਇਹ ਏਦਾਂ ਸਕਿਨ ਲਈ ਜਿੱਦਾਂ ਸਮਰ 'ਚ ਦੇਖੋ ਹੈ ਨਾ, ਸੋ ਇੱਕ ਆਹ ਲੈਣ ਓਕੇ। ਸੋ ਮੈਂ ਆਹ ਕਲਚਰ ਵੀ ਲੈ ਰਹੀ ਹਾਂ ਨਾਲ, ਇੱਕ ਮੈਨੂੰ ਚਾਹੀਦੇ ਆ। ਸੋ ਅਸੀਂ ਸ਼ੋਪਿੰਗ ਕਰ ਲਈ ਆ, ਵੀ ਜਲਦੀ ਗਏ ਅੱਗੇ ਲਿਖਣਾ, ਆਪਾਂ ਬਾਹਰ ਵੇਟ ਕਰ ਰਹੇ ਹਾਂ। ਹੋ ਹੀ ਗਈ ਆ ਸ਼ੋਪਿੰਗ ਆਲਮੋਸਟ, ਬਾਕੀ ਦੇਖਦੇ ਹਾਂ ਜੇ ਕੁਛ ਹੋਰ ਲੈਣਾ ਹੋਇਆ ਤਾਂ। ਸੋ ਆਪਾਂ ਸ਼ੋਪਿੰਗ ਕਰਕੇ ਆ ਗਏ ਹਾਂ, ਹੁਣ ਗੱਡੀ 'ਚ ਬੈਠੇ ਹਾਂ ਅਤੇ ਹੁਣ ਥੋੜ੍ਹੀ ਜਿਹੀ ਸ਼ੋਪਿੰਗ ਰਹਿ ਗਈ ਆ, ਥੋੜ੍ਹੀ ਗਰੋਸਰੀ ਟਾਈਪ ਕਹਿ ਸਕਦੇ ਹਾਂ ਆਪਾਂ, ਉਹ ਕਰਨ ਚੱਲੇ ਹਾਂ ਟੈਸਕੋ, ਅਤੇ ਹੁਣ ਟੈਸਕੋ ਚੱਲਦੇ ਹਾਂ ਹੈ ਨਾ। ਮੈਂ ਗਲਤ ਗੈਸ ਨਹੀਂ ਕੀਤਾ, ਸਹੀ ਕੀਤਾ ਓਕੇ। ਸੋ ਫਿਰ ਆਪਾਂ ਟੈਸਕੋ ਚੱਲਦੇ ਹਾਂ ਅਤੇ ਉੱਥੇ ਤੁਹਾਨੂੰ ਦਿਖਾਉਂਦੇ ਹਾਂ ਸਕਦੇ ਹਾਂ। ਸ਼ੀਸ਼ੇ ਖੋਲੋ, ਸੋ ਆਪਾਂ ਟੈਸਕੋ ਹੁਣ ਪਹੁੰਚ ਗਏ ਹਾਂ ਅਤੇ ਥੱਕ ਵੀ ਗਏ ਹਾਂ ਅਸੀਂ, ਅਤੇ ਕੁਛ ਚਾਹ ਪਾਣੀ ਪਿਆ ਦਿਓ। ਚਾਹ ਪਾਣੀ ਪਿਆਨਾ ਜਾ ਕੇ, ਰੁਕ ਜਾ, ਟਾਈਮ ਵਾਲਾ ਤੂੰ ਚਾਹ ਪੀਣੀ। ਅਗਮ ਥੱਕ ਗਿਆ ਤੂੰ? ਅਗਮ ਜਦੋਂ ਵੇਖਦੇ ਨੇ ਕੈਮਰਾ ਕਰ ਦਿੰਦੇ ਨੇ ਅੱਗੇ, ਦੇਖੋ ਲੋਕਾਂ ਦੇ ਨਜ਼ਾਰੇ ਬਾਬਾ ਜੀ, ਦੇਖੋ ਅਸੀਂ ਤਾਂ ਨੰਦ ਲੈ ਆ ਬਾਬਾ ਜੀ, ਅਸੀਂ ਤਾਂ ਕਈ ਵਾਰ ਹੱਸੀ ਜਾਂਦੇ ਆ। ਬਾਬੇ ਕਹਿੰਦੇ ਮਾਇਆ ਨਹੀਂ, ਬੀਬੀ ਕਹਿੰਦੀ ਮਾਇਆ ਨਹੀਂ ਟਿਕਦੀ, ਮਾਇਆ ਟਿਕਦੀ ਹੁੰਦੀ ਤੇ ਬਾਬੇ ਲੈਣ ਆਉਂਦੇ, ਬਾਬਿਆਂ ਨੇ ਇੰਗਲੈਂਡ ਆਉਣਾ ਸੀ। ਸੋ ਅਸੀਂ ਟੈਸਕੋ ਆ ਗਏ ਹਾਂ, ਬਟ ਟਰੋਲੀ ਲੈਣੀ ਭੁੱਲ ਗਏ ਸੀ, ਸੋ ਮੇਰੇ ਹਸਬੈਂਡ ਦੁਆਰਾ ਗਏ ਆ ਹੁਣ ਟਰੋਲੀ ਲੈਣ ਲਈ, ਜਦ ਤੱਕ ਅਸੀਂ ਉਹਦੀ ਵੇਟ ਕਰ ਰਹੇ ਹਾਂ। ਮੈਂ ਤੇ We are waiting for dad. Yeah? Yeah. Yo? Yeah. You know, my baby is very ashamed. I don't know why. Why? You know, more than you. Look at this. Say hi. Hello. Papa.
ਬਾਏ ਬਾਏ। ਸ਼ਰਮਾਉਂਦਾ ਹੀ ਬੜਾ ਹੈ। ਬਾਏ ਬਾਏ ਬਾਏ। ਕੋਈ ਟਰਾਲੀ ਲੈ ਕੇ ਆ ਗਏ ਨੇ, ਆ ਜਾਓ ਆ ਜਾਓ ਆ ਜਾਓ। ਕੱਲੀ ਟਰਾਲੀ ਲੈ ਕੇ ਆਏ, ਟਰੈਕਟਰ ਤੋਂ। ਜਿੱਦਾਂ ਕਿ ਤੁਹਾਨੂੰ ਅਸੀਂ ਪਹਿਲਾਂ ਵੀ ਦੱਸਿਆ ਕਿ ਅਸੀਂ ਟ੍ਰਿਪ ਲਈ ਸ਼ੋਪਿੰਗ ਕਰਨ ਆਏ ਹਾਂ, ਸੋ ਮੇਰੇ ਖਿਆਲ ਕ੍ਰਿਸਪ ਲੈਣੇ ਵੀ ਜ਼ਰੂਰੀ ਆ ਟ੍ਰਿਪ ਲਈ, ਹੈ ਨਾ। ਪਤਾ ਨਹੀਂ ਆਪਾਂ ਨੂੰ ਕਦੋਂ ਕਿਸ ਵੇਲੇ ਭੁੱਖ ਲੱਗ ਜੇ ਅਤੇ ਆਪਣੇ ਕੋਲ ਖਾਣ ਨੂੰ ਕੁਛ ਨਾ ਹੋਵੇ, ਅਤੇ ਉਸ ਟਾਈਮ ਆਪਣਾ ਸਾਥ ਦੇਣਾ ਕ੍ਰਿਸਪ ਨੇ। ਐਮ ਆਈ ਰਾਈਟ? ਯੈਸ, ਆਈ ਆਲਵੇਜ਼ ਰਾਈਟ, ਯੂ ਨੋ ਵੂਮਨਸ ਆਰ ਆਲਵੇਜ਼ ਰਾਈਟ। ਮੈਂ ਲੋਰੀਅਲ ਦੇ ਸ਼ੈਂਪੂ ਵਰਤਦੀ ਹੁੰਦੀ ਹਾਂ, ਇਹ ਵਾਲੇ, ਅਤੇ ਮੈਨੂੰ ਅੱਜ ਤੋਂ ਮੈਂ ਆਹ ਲੈਣ ਆਈ ਸੀਗੀ, ਅਤੇ ਹੁਣ ਮੈਂ ਸ਼ੈਂਪੂ ਵੀ ਲੈ ਲਿਆ ਆਪਣੇ, ਬਾਕੀ ਹੋਰ ਦੇਖਦੀ ਹਾਂ। ਟਰੋਲੀ ਕਿੱਥੇ ਆਪਣੀ? ਚਲੋ, ਸੋ ਮੈਂ ਇੱਕ ਤਾਂ ਬੇਬੀ ਦੀ ਬੋਟਲ ਲਈ ਆ, ਇਹ ਵੀ ਜ਼ਰੂਰੀ ਸੀਗੀ। ਇੱਕ ਮੈਂ ਆ ਫੂਡ ਲਈ ਲਏ ਆ ਇਹਦੇ, ਇੱਕ ਹੁਣ ਇਹ ਖਾਂਦਾ ਆ ਨਾ, ਸੋ ਉਸ ਹਿਸਾਬ ਨਾਲ ਫਿਰ ਸਹੀ ਰਹਿੰਦੇ ਆ, ਠੀਕ ਹੈ। ਆ ਹੋ ਗਿਆ, ਅਤੇ ਇੱਕ ਮੈਂ ਆ ਪਲੇਟ ਲੈਣ ਲਈ, ਅਤੇ ਆਪਣੀ ਬੇਬੀ ਦਾ ਹੋ ਜੂਗਾ ਸਮਾਨ ਸਾਰਾ, ਠੀਕ ਹੈ। ਓਕੇ ਫਿਰ, ਸਾਡੀ ਸ਼ੋਪਿੰਗ ਹੋ ਗਈ ਆ ਸਾਰੀ, ਅਤੇ ਅਗਮ ਵੀ ਵਿਚਾਰਾ ਥੱਕ ਗਿਆ ਏ। ਸ਼ੋਪਿੰਗ ਸਾਡੀ ਹੋ ਗਈ ਆ, ਅਤੇ ਜਿੰਨੀ ਅਸੀਂ ਸ਼ੋਪਿੰਗ ਕੀਤੀ ਆ ਨਾ, ਤੁਸੀਂ ਇਸ ਆਈਡੀਆ ਲਗਾ ਸਕਦੇ ਹੋ, ਬਿਕੋਜ਼ ਸਾਡਾ ਸਵੇਰੇ ਨਾ ਅਸੀਂ ਮੇਬੀ 12 ਵਜੇ ਨਿਕਲੇ ਸੀ ਘਰੋਂ, ਅਤੇ ਹੁਣ ਸ਼ਾਮ ਦੇ 4:30 ਹੋ ਗਏ ਆ। ਸਾਡੀ ਸ਼ੋਪਿੰਗ ਦੇ ਅਕੋਰਡਿੰਗ ਤੁਸੀਂ ਆਈਡੀਆ ਲਾ ਲਓ ਕਿ ਅਸੀਂ ਘੱਟੋ ਘੱਟ 3-4 ਦਿਨ ਵਾਸਤੇ ਤਾਂ ਚੱਲੇ ਹਾਂ ਟ੍ਰਿਪ 'ਤੇ, ਹੈ ਨਾ। ਅਤੇ ਨੈਕਸਟ ਵਲੋਗਸ ਜਿਹੜੇ ਆਉਣੇ ਆ ਉਹ ਟ੍ਰਿਪ ਤੋਂ ਰਿਲੇਟਿਡ ਹੀ ਆਉਣੇ ਆ, ਸੋ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਆਉਣ ਵਾਲੇ ਵਲੋਗ ਜ਼ਰੂਰ ਦੇਖਿਓ, ਅਤੇ ਵਲੋਗ ਦੀ ਐਂਡਿੰਗ ਕਰਾਂਗੇ। ਠੀਕ ਹੈ ਜੀ, ਅਤੇ ਹੋਪ ਤੁਹਾਨੂੰ ਅੱਜ ਦਾ ਵਲੋਗ ਪਸੰਦ ਆਇਆ ਹੋਵੇਗਾ, ਅਤੇ ਮਿਲਦੇ ਹਾਂ ਜੀ ਤੁਹਾਨੂੰ ਅਗਲੇ ਵਲੋਗ 'ਚ, ਤੇ ਤੁਹਾਨੂੰ ਦੱਸਦੇ ਹਾਂ ਅਸੀਂ ਕਿੱਥੇ ਹੋਲੀਡੇ ਕਰਨ ਜਾ ਰਹੇ ਹਾਂ। ਉਹ ਸਰਪ੍ਰਾਈਜ਼ ਆ, ਉਹ ਤੁਹਾਨੂੰ ਉਦੋਂ ਹੀ ਪਤਾ ਲੱਗਣਾ ਹੈ ਜਦੋਂ ਤੁਸੀਂ ਵਲੌਗ ਦੇਖੋਗੇ, ਤੋ ਫਿਰ ਅੱਜ ਦੀ ਵਲੌਗਿੰਗ ਇੱਥੇ ਹੀ ਆਪਾਂ ਬੰਦ ਕਰਦੇ ਹਾਂ, ਤਦ ਤੱਕ ਲਈ ਬਾਏ ਬਾਏ ਬਾਏ।